हाँ जी अमरजीत कौर जी, कदों होया सी तुहाडा मिनी गैस्ट्रिक बाईपास? 2011 मई 2011 च होया, 24 मई। सो 3 साल तो उपर हो गया टाइम ना। तो किन्ना वेट सी पहला तुहाडा? 133 हुण किन्ना हैगा? 76 ते किन्नी देर च घट गया सी वेट तुहाडा? इह 76 ते कदों आ गया सीगा?1 साल ਦੇ ਵਿੱਚ ਤੁਹਾਡਾ ਘਟ ਗਿਆ ਸੀਗਾ ਤਕਰੀਬਨ 40 ਕਿਲੋ ਪਹਿਲੇ ਸਾਲ ਘਟ ਗਿਆ ਸੀਗਾ ਜਿਹੜਾ ਸੀ ਰਿਕਾਰਡ ਦੇਖਿਆ। ਹਾਂਜੀ। ਸੋ ਇਹ ਨਾਰਮਲੀ ਕੀ ਆ ਵੀ 2 ਸਾਲ ਤੱਕ ਭਾਰ ਘਟਦਾ ਰਹਿੰਦਾ ਫਿਰ ਰੁਕ ਜਾਂਦਾ। ਹਾਂਜੀ। ਹੁਣ ਕੀ ਆ, ਹੁਣ ਜੇ ਤੁਸੀਂ ਜ਼ਿਆਦਾ ਮਿੱਠੀਆਂ ਚੀਜ਼ਾਂ ਖਾਓਗੇ ਨਾ ਜੇ ਜ਼ਿਆਦਾ ਚਾਹ ਪੀਓਗੇ ਤਾਂ ਵੇਟ ਵਧੂਗਾ। ਹਾਂਜੀ। ਕਈ ਪੇਸ਼ੈਂਟਸ ਹੁਣ ਕੋਕ ਬਹੁਤ ਜ਼ਿਆਦਾ ਪੀਂਦੇ ਆ, 8-10 ਵਾਰੀ ਕੋਕ ਪੀਣਾ ਪੀਂਦੇ ਨਹੀਂ ਤਾਂ ਹੀ ਤੁਹਾਡਾ ਵੇਟ ਬਿਲਕੁਲ ਸਟੇਬਲ ਆ। ਹਾਂਜੀ। ਸੋ ਇਹ ਐਵੇਂ ਹੀ ਰਹੂਗਾ ਜੇ ਤੁਸੀਂ ਆਪਣਾ ਡਾਈਟ ਦਾ 2 ਰੋਟੀਆਂ ਖਾ ਲਈਆਂ, ਦਾਲ ਸਬਜ਼ੀ ਖਾ ਲਈ, ਕੁਰਸੀ ਤੋਂ ਰਸੋਈ ਤੱਕ ਜਾਣਾ ਮੁਸ਼ਕਿਲ ਲੱਗਦਾ ਸੀ। ਚਾਹ ਬਣਾਉਣੀ ਵੀ ਮੈਨੂੰ ਔਖੀ ਲੱਗਦੀ ਸੀ, ਖੜ ਕੇ ਪੈਰਾਂ ਤੋਂ ਭਾਰ ਨਹੀਂ ਸੀ। ਅੱਛਾ। ਹੁਣ ਕਿੰਨਾ ਤੁਰ ਲੈਂਦੇ? ਹੁਣ ਤਾਂ ਤੁਰ ਲੈਂਦੀ ਕਾਫੀ, ਭਾਵੇਂ ਆਪਣਾ ਬਟ ਅਸੀਂ ਇਹ ਰਿਕਮੈਂਡ ਕਰਦੇ ਹਾਂ ਵੀ ਜੋ ਵੀ ਤੁਹਾਨੂੰ ਠੀਕ ਲੱਗਦਾ, ਖਾਸ ਕਰ ਜਿਹੜੇ ਦੁੱਧ ਮਿਲਕ ਪ੍ਰੋਡਕਟਸ ਨੇ ਉਹਦੇ ਚ ਜਿਵੇਂ ਕੱਚਾ ਪਨੀਰ ਹੋ ਗਿਆ ਜਾਂ ਦਹੀਂ ਹੋ ਗਿਆ, ਕਈ ਪੇਸ਼ੈਂਟ ਆ ਸਾਡੇ ਉਹ 2-2, 3-3 ਕਿਲੋ ਦੁੱਧ ਵੀ ਪੀ ਜਾਂਦੇ ਨੇ, ਉਹਨੂੰ ਤੁਸੀਂ ਨਾ ਕਰ ਸਕਦੇ ਹੋ ਜਿਵੇਂ ਕੁਛ ਉਹਦੇ ਚ ਪਾ ਲਿਆ, ਮਿਲਕ ਸ਼ੇਕ ਬਣਾ ਲਿਆ, ਬਨਾਨਾ ਸ਼ੇਕ ਬਣਾ ਲਿਆ ਜਾਂ ਦੁੱਧ ਚ ਪੱਤੀ ਪਾ ਲਓ, ਕਈ ਵਾਰੀ ਇਸ ਤਰ੍ਹਾਂ ਕਰਕੇ ਦੇਖੋ ਤੁਸੀਂ। ਚਾਹ ਪੀਤੀ ਜਾਂਦੀ ਹੈ? ਹਾਂਜੀ, ਚਾਹ ਪੀ ਹੋ ਜਾਂਦੀ ਹੈ। ਸੋ ਉਹੀ ਫਰਕ ਹੈ ਥੋੜਾ ਜਿਹਾ, ਆਪਣੀ ਸਾਈਕੋਲੋਜੀਕਲੀ ਕਈ ਵਾਰ ਹੋ ਜਾਂਦਾ ਜੇ ਚਾਹ ਪੀਤੀ ਜਾਂਦੀ ਹੈ ਤਾਂ ਦੁੱਧ ਚ ਪੱਤੀ ਪਾ ਕੇ ਪੀਓ, ਇਟਸ ਵਨ ਆਫ ਦ ਸੇਮ ਥਿੰਗ। ਹਾਂਜੀ, ਤੇ ਬਾਕੀ ਵਿਟਾਮਿਨ ਕੈਲਸ਼ੀਅਮ ਦੀਆਂ ਗੋਲੀਆਂ ਖਾਈਏ ਨਾ, ਤੇ ਸਬਜ਼ੀ ਸੁਬਜ਼ੀ ਖਾ ਲੈਣੇ ਪੂਰੀ? ਹਾਂਜੀ, ਸਰਦਾਰ ਸਬਜ਼ੀ ਖਾ ਲੈਂਦੀ ਹੈ। ਵੈਰੀ ਗੁੱਡ, ਬਸ ਠੀਕ ਹੈ ਜੀ। ਤੁਰਦੇ ਫਿਰਦੇ ਰਹੋ, ਥੋੜੀ ਬਹੁਤ ਐਕਸਰਸਾਈਜ਼ ਕਰੋ ਤੇ ਮਿੱਠੀਆਂ ਚੀਜ਼ਾਂ ਦਾ ਪਰਹੇਜ਼ ਰੱਖਾਂ ਮੇਨਲੀ। ਠੀਕ ਹੈ, ਦੈਟਸ ਗੁੱਡ। ਵਿਟਾਮਿਨ ਦੀ ਗੋਲੀ ਖਾਂਦੇ ਰਹਿਣਾ? ਹਾਂਜੀ, ਉਹ ਖਾਂਦੀ ਹੈ। ਠੀਕ ਹੈ।